2012 के इलेक्शन च तुसी अकाली दल च सीगे, उदों तुसी कहा सी अकाली दल की 25 साल सरकार नहीं जानी, मैं ताइयो रलिया इन्हां नाल, हुण तुसी किवें कहिंदे ओ? मैं नहीं गल, तू बालक तां दूजे पासे ना ले जा, मैं जवाब ही नहीं दिंदा। ਸਰ ਉਹਨਾਂ ਨੇ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਤੇ ਜਿਹੜੇ ਇੱਥੇ ਬੇਅਦਬੀ ਤੇ ਸਿਆਸਤ ਕਰ ਰਹੇ ਆ ਉਹਨਾਂ ਦਾ ਵੀ ਕੱਖ ਨਾ ਰਹੇ, ਇਹ ਵੀ ਕਿਹਾ ਉਹਨਾਂ ਨੇ? ਕੋਲੋਂ ਬਾਲੀ ਨਾ ਲਾਇਆ ਕਰ। ਨਹੀਂ ਸਾਰੇ ਕਿਹਾ ਜੀ ਤੂੰ ਕਿੱਥੇ ਰਹਿਣਾ? ਇਹਨਾਂ ਨੇ ਪੱਤਰਕਾਰ ਕਹੀ ਕਹੀ ਡੱਕਾ ਲਾਉਂਦੇ, ਕਾਕਾ ਇਹ ਨਹੀਂ ਕਰੀਦਾ, ਮੈਂ ਤੈਨੂੰ ਕਹਿਤਾ। ਦੇਖੋ ਮੈਂ ਬਾਦਲਾਂ ਨੂੰ ਕਹਿਣਾ, ਕਿਸੇ ਨੇ ਕਿਹਾ ਸੀ ਲੱਖ ਮਣ ਸਾਬਣਾ ਸੱਜੀਆਂ ਨਾਲ ਧੋਲਾ, ਲੱਖ ਮਣ ਸਾਬਣ ਸੱਜੀ ਵਹਿਮ ਜਾਂ ਹੋਰ ਕੋਈ ਜਿਹੜੇ ਰੋਜ਼ ਟੀ ਵੀ 'ਤੇ ਆਉਂਦੇ ਆ ਉਹਨਾਂ ਨਾਲ ਧੋਲਾ, ਲੇਕਿਨ ਲੈਣੇ ਨਹੀਂ ਬਦਨਾਮੀ ਦੇ ਦਾਗ ਬਾਦਲੋ। ਇਹ ਐਡਾ ਵੱਡਾ ਦਾਗ ਹੈ, ਦੁਨੀਆ 'ਚ 6 ਧਰਮਾਂ ਦੀਆਂ ਕਿਤਾਬਾਂ ਹੈ, ਤੌਰੇਤ, ਅੰਜੀਲ, ਜ਼ਬੂਰ, ਕੁਰਾਨ, ਗੀਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ। ਇਹ 6 ਮਜ਼ਹਬਾਂ ਦੀਆਂ ਕਿਤਾਬਾਂ, 6 ਪੈਗੰਬਰਾਂ ਦੀਆਂ ਕਿਤਾਬਾਂ। ਇਹਦੇ ਵਿੱਚ ਹੈ ਈਸਾ, ਮੂਸਾ, ਦਾਊਦ, ਮੁਹੰਮਦ, ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਅਤੇ ਜਿਨ੍ਹਾਂ ਵਿੱਚ ਉਹਨਾਂ ਦੇ ਸ਼ਲੋਕ ਹੈ ਸ਼੍ਰੀ ਗੁਰੂ ਤੇਗ ਬਹਾਦਰ। ਪਰ ਇਹ ਇੱਕ ਵਿਲੱਖਣ ਦਾ ਕਿ ਗੁਰੂ ਗੋਬਿੰਦ ਸਿੰਘ ਸਭ ਕੁਛ ਕਰਨ ਤੋਂ ਬਾਅਦ ਆਹ ਜਿਹੜੀ ਕੌਮ ਹੈ ਸਿੱਖਾਂ ਦੀ, ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ ਜੀ, ਅਤੇ ਨਾਲ ਕਹਿਤਾ ਵੀ ਮੈਨੂੰ ਨਾ ਮੰਨਿਓ, ਅਸੀਂ 10 ਗੁਰੂ ਹੈ ਅਤੇ ਸਾਨੂੰ 10 ਨੂੰ ਦੇਖਣਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਤੋਂ ਦੇਖ ਲਿਆ। ਰਾਮੂਵਾਲੀਆ ਸਾਹਿਬ, 2012 ਦੇ ਇਲੈਕਸ਼ਨ 'ਚ ਤੁਸੀਂ ਅਕਾਲੀ ਦਲ 'ਚ ਸੀਗੇ, ਉਦੋਂ ਤੁਸੀਂ ਕਿਹਾ ਸੀ ਅਕਾਲੀ ਦਲ ਦੀ 25 ਸਾਲ ਸਰਕਾਰ ਨਹੀਂ ਜਾਣੀ, ਮੈਂ ਤਾਂਹੀਓ ਰਲਿਆ ਇਹਨਾਂ ਨਾਲ, ਹੁਣ ਤੁਸੀਂ ਕਿਵੇਂ ਕਹਿੰਦੇ? ਇਹ ਨਹੀਂ ਗੱਲ, ਤੂੰ ਬਾਲਕ ਤਾਂ ਦੂਜੇ ਪਾਸੇ ਨਾ ਲੈ ਜਾ, ਮੈਂ ਜਵਾਬ ਹੀ ਨਹੀਂ ਦਿੰਦਾ। ਮੇਰੀਆਂ ਮੈਂ 8 ਮੰਗਾਂ ਮੰਨ ਕੇ ਇਹਦੇ ਨਾਲ ਪੱਤਰਕਾਰ ਕਹੀ ਕਹੀ ਡੱਕਾ ਲਾਉਂਦੇ, ਕਾਕਾ ਇਹ ਨਹੀਂ ਕਰੀਦਾ, ਮੈਂ ਤੈਨੂੰ ਕਹਿਤਾ। ਹੁਣੇ ਮੈਂ ਕਹਿ ਕੇ ਹਟਿਆ, 8 ਗੱਲਾਂ ਮੈਂ ਮਨਾਈਆਂ ਸੀ ਬਾਦਲਾਂ ਨੂੰ, ਮੈਂ ਕੋਈ ਆਪਦੇ ਲਈ ਰਲਿਆ? ਕਦੇ ਸੋਚਿਆ 1985 ਤੋਂ 2012 ਤਾਈਂ 27 ਸਾਲ ਰਾਮੂਵਾਲ ਨੇ ਕੋਈ ਗਲੀ ਛੱਡੀ ਪੰਜਾਬ ਦੀ? ਪਰ ਮੇਰੀ ਕਦਰ ਕੀ ਪਈ? ਜਿਹੜੇ ਪਿੰਡ 'ਚ ਮੈਂ 26 ਲੱਖ ਰੁਪਈਆ ਦਵਾਇਆ, ਮੈਂ 514 ਮੁੰਡੇ ਦਿੱਲੀ ਦੀ ਪੁਲਿਸ 'ਚ ਭਰਤੀ ਕਰਾਏ, ਮੈਂ 20,000 ਕੁੜੀ ਜਿਹੜੀਆਂ ਨੂੰ ਛੱਡ ਕੇ ਪਤਾ ਹੀ ਮੋੜ ਕੇ ਬਹਾਲ ਕਰਾਈਆਂ, ਏਜੰਟਾਂ ਨੂੰ ਕੁੱਟ ਕੁੱਟ ਕੇ ਪੈਸੇ ਮਰਾਏ, ਜਿਹੜੀਆਂ ਚਿੱਟ ਫੰਡ ਕੰਪਨੀਆਂ ਚੱਲਣੋਂ ਬੰਦ ਕੀਤੀਆਂ, ਅਤੇ ਮੈਂ ਏਅਰਪੋਰਟਾਂ ਉੱਤੇ ਜਿਹੜੀਆਂ ਤਲਾਸ਼ੀਆਂ ਲੈ ਕੇ ਇਸ ਤਰ੍ਹਾਂ ਸਾਡੀਆਂ ਧੀਆਂ ਭੈਣਾਂ ਦੇ ਕੱਪੜਿਆਂ 'ਚ ਹੱਥ ਪਾਉਂਦੇ ਸੀ, ਮੈਂ 0 ਕਰਤੇ ਔਰ ਧੁੰਨੀ 'ਤੇ ਨਲਾਂ 'ਚ ਜੁੱਤੀਆਂ ਮਾਰੀਆਂ, ਲੱਤਾਂ ਐਂ ਮਾਰੀਆਂ ਜੇ ਮੈਂ ਤਾਂ ਨਹੀਂ ਮਾਰਦਾ। ਪਰ ਇਹ ਕੌਮ ਕਦਰ ਨਹੀਂ ਸੀ ਕਰਦੀ, ਮੈਂ ਥੱਕ ਗਿਆ। ਗਲਤੀ ਇਹ ਹੋ ਗਈ ਵੀ ਕਈ ਵਾਰੀ ਤਿੱਤਲੀ ਕਾਗਜ਼ ਦੇ ਫੁੱਲਾਂ ਨੂੰ ਗੁਲਾਬ ਸਮਝ ਬੈਠੀ ਹੈ। ਮੈਂ 2 ਸਾਲ ਰਿਹਾ, ਜਿਹੜੀਆਂ ਗੱਲਾਂ ਮੰਨੀਆਂ ਸੀ ਇਹ ਸੀ, ਬੰਦੇ ਬਾਹਰੋਂ ਲਿਆਉਣਗੇ, ਕੁੜੀਆਂ ਦੇ ਕੇਸ ਠੀਕ ਕਰਨਗੇ, ਕਾਨੂੰਨ ਬਣਾਵਾਂਗੇ, ਏਜੰਟਾਂ ਨੂੰ ਤੁਰਨਾਂਗੇ, ਪੈਸੇ ਮਰਾਵਾਂਗੇ ਉਹਨਾਂ ਦੇ ਵਾਪਸ। ਇੱਕ ਗੱਲ ਕੀਤੀ ਸੀ ਕਿ ਅਸੀਂ ਦੇਸ਼ ਭਰ ਵਿੱਚ ਯੂਥ ਨੂੰ ਸਕਿੱਲ ਬਣਾਵਾਂਗੇ, ਸਿੱਖਾਂ ਦਿਆਂ ਨੂੰ, ਪੰਜਾਬ ਦੇ ਯੂਥ ਨੂੰ ਸਕਿੱਲਫੁੱਲ ਕਰਾਵਾਂਗੇ। ਇੱਕ ਮੰਗ ਸੀ ਕਿ ਜਿਹੜੀਆਂ ਚਿੱਟ ਫੰਡ ਕੰਪਨੀਆਂ ਇਹਨਾਂ ਤੋਂ ਵੀ ਬਚਾਵਾਂਗੇ। ਇੱਕ ਜਿਹੜੀ ਮੇਰੀ ਮੰਗ ਸੀ ਕਿ ਅਸੀਂ ਸਕਿੱਲਡ ਡਿਵੈਲਪਮੈਂਟ ਦਾ ਇੱਕ ਮਹਿਕਮਾ ਖੋਲ੍ਹਾਂਗੇ, ਕੋਈ ਵੀ ਨਹੀਂ ਪੂਰਾ ਕੀਤਾ। ਰਾਮੂਵਾਲ ਸਾਹਿਬ, ਬੇਅਦਬੀ ਵੱਲ ਆਉਂਦੇ ਹਾਂ, ਲੋਕਾਂ ਨੇ 2017 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਵਿਸ਼ਵਾਸ ਕਰ ਲਿਆ, ਕਾਂਗਰਸ 'ਤੇ ਕਰ ਲਿਆ, ਤਾਂ ਉਹਨਾਂ ਨੂੰ ਵੋਟਾਂ ਪਾ ਕੇ ਭੇਜਿਆ, ਤਾਂ ਕੀ ਉੱਥੋਂ ਇਨਸਾਫ ਹੋਇਆ? ਕਰ ਪਾਈ ਹੈ ਕਾਂਗਰਸ ਜਾਂ ਜਿਵੇਂ ਜਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਹੋ ਗਿਆ? ਸ਼ਾਬਾਸ਼, ਵਾਰਸ ਸ਼ਾਹ ਨੇ ਹੀਰ ਦੀ ਦੇ ਕਿੱਸੇ 'ਚ ਇੱਕ ਗੱਲ ਲਿਖੀ ਹੈ ਅਤੇ ਉਹ ਕੰਮ ਇਹਨਾਂ 'ਤੇ ਢੁੱਕਦੀ ਹੈ, ਅਤੇ ਮੈਂ ਅਰਦਾਸ ਕਰਦਾ ਕੈਪਟਨ ਸਾਹਿਬ ਤੁਹਾਡੇ 'ਤੇ ਨਾ ਢੁੱਕੇ, ਨਾ ਢੁੱਕੇ। ਹੀਰ ਅਤੇ ਸਹਿਤੀ ਨਣਦ ਭਰਜਾਈ ਸੀ, ਹੀਰ ਦੀ ਰਾਂਝੇ ਨਾਲ ਮਿੱਤਰਤਾ ਸੀ, ਸਹਿਤੀ ਦੀ ਮੁਰਾਦ ਨਾਲ, ਦੋਨੋਂ ਉਹਨੂੰ ਮਿਲਣ ਜਾਂਦੀਆਂ ਸੀ ਪਿੰਡ ਦੀ ਜੂਹ 'ਚ, ਅਤੇ ਘਰੇ ਗੁੱਤੋ ਗੁੱਤੀ, ਜੁੰਡੋ ਜੁੰਡੀ, ਕਮੀਜ਼ ਪਾੜਤੀ, ਅਤੇ ਲੜਾਈ, ਅਤੇ ਕਈ ਵਾਰੀ ਮੁੱਕੀ ਮਾਰਨੀ ਬਾਹਰੋਂ ਉੱਚੀ ਦੇਣੇ ਥੱਲੇ ਆ ਗਿਆ ਨਾਲ ਦੇ ਡਰਾਮੇ ਕੀਤੇ। ਵਾਰਾ ਸ਼ਾਹ ਕਹਿੰਦਾ ਜਿੱਥੋਂ ਰਾਂਝੇ ਮੁਰਾਦ ਦਾ ਸੰਦੇਸ਼ ਆਇਆ, ਵਾਂਗ ਹਰਨੀਆਂ ਦੋਵੇਂ ਉੱਧਰ ਨੂੰ ਭੱਜੀਆਂ ਨੇ। ਵਾਂਗ ਭੱਜੀਆਂ ਨੇ, ਇੱਕ ਦੇਵੇ ਮਾਂ ਮਿਹਣੇ, ਦੂਜੀ ਕੱਢੇ ਗਾਲਾਂ,
ਵਿੱਚੋਂ ਨੰਦ ਭਰਜਾਈ ਇੱਕ ਹੋ ਸਜੀਆਂ ਨੇ ਜੀ ਇਹ ਨੰਦ ਭਰਜਾਈ ਹੈ ਪਰ ਫਿਰ ਨਾ ਲੱਗੇ ਸਿੱਖ ਲੋਕ ਫਿਰ ਜਿਹੜਾ ਸਿੱਖਾਂ ਦਾ ਐਡਾ ਵੱਡਾ ਮਸਲਾ ਜੀ ਪਰ ਲੋਕ ਵੀ ਚਾਰ ਸਿਆਣ ਲਿਆ ਸਿਆਣ ਲਿਆ ਇੱਕ ਮਿੰਟ ਜੀ ਬਰਾੜ ਸਾਹਿਬ ਮੋਇਆ ਜੀ ਇਨਸਾਫ ਤੇ 6 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਹੋਣ ਵਾਲਾ ਲੋਕਾਂ ਨੇ ਅੱਗੇ ਕੀਤਾ ਦੁਹਰਾ ਦੇਣ ਬਸ ਤੇ ਫਿਰ ਤੀਜਾ ਬਦਲ ਕੀ ਹੈ ਜੀ ਅੱਗੇ ਕੀਤਾ ਬਾਦਲ ਕੇ 62 ਸੀਟਾਂ ਮੰਗਦੇ ਸੀ ਤੇ 14 ਰਹਿ ਗਈਆਂ ਜੀ ਠੀਕ ਹੈ ਨਾ ਐਤਕੀ 4 ਰਹਿ ਜਾਣਗੇ ਫਿਰ ਤੀਜਾ ਬਦਲ ਕੀ ਹੋਇਆ ਜੀ ਫਿਰ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹਰੀ ਤਾਂ ਕਹਿ ਰਹੇ ਬੇਅਦਬੀ ਕਰਨ ਵਾਲੇ ਦਾ ਕੱਖ ਨਾ ਰਹੇ ਤੇ ਅਸੀਂ ਦੁਬਾਰਾ ਆਵਾਂਗੇ 2022 ਮੈਂ ਕਹਿੰਦਾ ਇਕੱਲਾ ਕੱਖ ਨਾ ਰਹੇ ਮੈਂ ਉਲਟ ਕਹਿੰਦਾ ਬੇਅਦਬੀ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ ਪੈਟਰੋਨੇਜ ਜੀ ਵੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀਆਂ ਹੇ ਬੁਰਜ ਜਵਾਰ ਸਵਾਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਦੇਹ ਅੱਗੇ ਅਰਦਾਸ ਕਰਦੇ ਹਾਂ ਉਹਨਾਂ ਦੀਆਂ 70-70 ਪੀੜ੍ਹੀਆਂ 70-70 ਆਉਣ ਵਾਲੀਆਂ ਪੁਸ਼ਤਾਂ ਗਲ ਜਾਣ ਸਰ ਉਹਨਾਂ ਨੇ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਤੇ ਜਿਹੜੇ ਇੱਥੇ ਬੇਅਦਬੀ ਤੇ ਸਿਆਸਤ ਕਰ ਰਹੇ ਆ ਉਹਨਾਂ ਦਾ ਵੀ ਕੱਖ ਨਾ ਰਹੇ ਇਹ ਵੀ ਕਿਹਾ ਤੂੰ ਕੋਲੋਂ ਬਾਲੀ ਨਾ ਲਾਇਆ ਕਰ ਨਹੀਂ ਸਾਰੇ ਕਿਹਾ ਜੀ ਤੂੰ ਪੁੱਛਣ ਡਾਉਣਾ ਪੁੱਛਣ ਡਾਉਣਾ ਮੈਂ ਕੋਈ ਨਹੀਂ ਕਹਿੰਦਾ ਆਖਰੀ ਸਵਾਲ ਮੈਂ ਬਹੁਤ ਸਿੰਸੀਅਰ ਗੱਲ ਕਰ ਰਿਹਾ ਨਹੀਂ ਸਾਰੇ ਉਹਨਾਂ ਦੀ ਆਮਰ ਇਹ ਉਹਨਾਂ ਦਾ ਆਖਰੀ ਸਵਾਲ ਦਾ ਜਵਾਬ ਕੋਈ ਸਿਆਸਤ ਆਖਰੀ ਸਵਾਲ ਇਹ ਹੈ ਕਿ ਹੁਣ 2022 ਸਿਰ ਤੇ ਆ ਕੀ ਉਹ ਜਿਹੜੀ ਸਰਕਾਰ ਆਊਗੀ ਉਹ ਇਨਸਾਫ ਦਵਾਊਗੀ ਤਾਂ ਉਹਦੇ ਵਿੱਚ ਤੁਹਾਡੀ ਕੀ ਭੂਮਿਕਾ ਹੋ ਸਕਦੀ ਹੈ ਮੇਰੀ ਇੱਕ ਭੂਮਿਕਾ ਮੈਂ ਇੱਕ ਝੰਡਾ ਚੱਕ ਕੇ ਤੁਰਦਾ ਮੈਂ ਹਟਦਾ ਨਹੀਂ ਮੇਰੀ ਭੂਮਿਕਾ ਕੀ ਗਿਣਦੇ ਹੋ ਮੈਨੂੰ ਦੱਸ ਦੇ ਖੋਕ ਪੰਜਾਬ ਤੂੰ ਹੁਣ ਸੁਣ ਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਥੋੜ੍ਹੀ ਜਿਹੀ ਕਵਿਸ਼ਰੀ ਕੀਤੀ ਉਹ ਯਾਦ ਆ ਜਾਂਦੀ ਹੈ ਉਹ 'ਚ ਲਿਖਿਆ ਖੋ ਕੇ ਜਾਗਦਿਆਂ ਤੋਂ ਦੇ ਦਿੰਦਾ ਸੁੱਤਿਆਂ ਨੂੰ ਜਿਹਦੇ ਉੱਤੇ ਖੁਸ਼ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਮੈਂ 85 ਤੋਂ ਲੜਾਈ ਲੜੀ ਅਤੇ 12 ਤੱਕ ਕਿਸੇ ਨੇ ਪੁੱਛਿਆ ਨਹੀਂ ਆ ਗੱਲਾਂ ਬਣਾ ਕੇ ਮੈਂ ਬਾਦਲ ਨੇ 2 ਸਾਲ ਦੇ ਤੇ ਫਿਰ ਮੈਂ ਚਲਿਆ ਗਿਆ ਦਿੱਤੀ ਨਹੀਂ ਖੋ ਕੇ ਜੀ ਖੋ ਕੇ ਦਿੱਤੀ UP 'ਚ 1,000 ਲੱਖ ਰੁਪਈਆ ਦੇਊਂ ਮੈਥੋਂ ਬਿਨਾਂ ਕਿਸੇ ਦੂਜੇ ਸੂਬੇ 'ਚ ਮੰਤਰੀ ਬਣ ਕੇ ਦਿਖਾ ਦੇਣ ਧੰਨਵਾਦ ਜੀ।